ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਬਣੀ ਚੈਨਲ ਥਿੰਦ ਅਗਰੀਕਲਚਰ ਫਾਰਮ ਤੇ ਸਵਾਗਤ ਹੈ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਆਈਕਨ ਦਬਾਓ ਤਾਂ ਜੋ ਬਦੇ ਤੋਂ ਬੜੀ ਹਰ ਇੱਕ ਲੇਟੈਸਟ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਕਿਸਾਨ ਵੀਰੋ ਜੋ ਆਪਾਂ ਜਿੱਦੀ ਵੀਡੀਓ ਲੈ ਕੇ ਆਏ ਤੁਹਾਡੇ ਵਾਸਤੇ ਇਹ ਲੈ ਕੇ ਆਏਗੇ ਜੋ ਮੀਂਹ ਦੇ ਬਾਅਦ ਦੇ ਵਿੱਚ ਆਪਣੇ ਝੋਨੇ ਦੇ ਵਿੱਚ ਇੱਕ ਸਮੱਸਿਆ ਆਈ ਹੈ ਮੁੰਜਰਾ ਕਾਲੀਆਂ ਬਾਹਰ ਆ ਰਹੀਆਂ ਨੇ ਖਾਲੀ ਮੁੰਜਰਾ ਬਾਹਰ ਆ ਰਹੀਆਂ ਨੇ ਸੁੱਕੀਆਂ ਜਾਂ ਨਿਸਾਰਾ ਹੋਣ ਤੋਂ ਬਾਅਦ ਝੋਨੇ ਦੇ ਵਿੱਚ ਦਾਣੇ ਦਾਗੀ ਹੋ ਰਹੇ ਨੇ ਤੇ ਜਾਂ ਅੱਧੀ ਮੁੰਜਰ ਦਾਗੀ ਐ ਅੱਧੀ ਸਾਫ਼ ਐ ਇਹਦੇ ਬਾਰੇ ਆਪਾਂ ਅੱਜ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਨੀ ਆ ਤੇ ਕਿਰਪਾ ਕਰਕੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿਸਾਨ ਵੀਰੋ ਜੋ ਇਹ ਸਮੱਸਿਆ ਇਹ ਦੋ ਤੋਂ ਤਿੰਨ ਕਾਰਨਾ ਕਰਕੇ ਆਪਣੇ ਝੋਨੇ ਦੇ ਵਿੱਚ ਆ ਸਕਦੀ ਹੈ ਕੁਝਕ ਜਿੱਦਾਂ ਮੀਂਹ ਦਾ ਕਾਰਨ ਹੋ ਸਕਦਾ ਕੁਝ ਬਿਮਾਰੀ ਹੋ ਸਕਦੀ ਹੈ ਕੁਝ ਸੁੰਡੀ ਦੀ ਸਮੱਸਿਆ ਹੋ ਸਕਦੀ ਹੈ ਆਪਾਂ ਤੁਹਾਡੇ ਨਾਲ ਜੋ ਸਾਰੀ ਇਹ ਜਾਣਕਾਰੀ ਸਾਂਝੀ ਕਰਾਂਗੇ ਤੇ ਇਹਨੂੰ ਆਪਾਂ ਜੇ ਦੇਖੀ ਤਾਂ ਦੋ ਤਿੰਨ ਗਰੁੱਪਾਂ ਦੇ ਮਤਲਬ ਕੇ ਵਿੱਚ ਵੰਡ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਹੜੇ ਕਿਹੜੇ ਕਾਰਨ ਨੇ ਜਿੱਦਾਂ ਪਹਿਲਾ ਕਾਰਨ ਦੂਜਾ ਕਾਰਨ ਤੀਜਾ ਕਾਰਨ ਜਿਹੜਾ ਕਿਸਾਨ ਵੀਰੋਂ ਪਹਿਲਾ ਕਾਰਨ ਸਭ ਤੋਂ ਵੱਡਾ ਜਿਹੜੀ ਕੱਲੀ ਸੁੱਕੀ ਮੁੰਜਰਵਾਰ ਆ ਜਾਂਦੀ ਹੈ ਸੁੱਕਾ ਚਿੱਟਾ ਉਹ ਕਿਸਾਨ ਵੀਰੋ ਆਪਣਾ ਗੋਬ ਦੀ ਸੁੰਡੀ ਕਰਕੇ ਸਿੱਟਾ ਬਾਹਰ ਆ ਸਕਦਾ ਆਪਣਾ ਕਿਉਂਕਿ ਜਦੋਂ ਹੁਣ ਪੱਤਾ ਲਪੇਟ ਦਾ ਐਨਾ ਅਟੈਕ ਹੋ ਸਕਦਾ ਗੋਬ ਦੀ ਸੁੰਡੀ ਦਾ ਵੀ ਕਿਤੇ ਕਿਤੇ ਆਪਣੇ ਖੇਤ ਦੇ ਵਿੱਚ ਅਟੈਕ ਹੋ ਸਕਦਾ ਤੇ ਜੇਕਰ ਖੇਤ ਦੇ ਵਿੱਚ ਆਪਾਂ ਨੂੰ 5 7 10 ਥਾਂਵੇਂ ਮੁੰਜਰਾ ਇਦਾਂ ਇੱਕ ਇੱਕ ਦੋ ਦੋ ਸੁੱਕੀਆਂ ਮਿਲਦੀਆਂ ਨੇ ਫਿਰ ਆਪਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਤੇ ਵੈਸੇ ਵੀ ਜੇਕਰ ਗੋਬ ਦੀ ਸੁੰਡੀ ਦੀ ਆਪਾਂ ਗੱਲ ਕਰੀਏ ਤਾਂ ਤੁਸੀਂ ਤਕਰੀਬਨ ਦੋ ਸਪਰੇਅਾਂ ਤਾਂ ਹਰੇ ਹਰੇ ਇੱਕ ਨੇ ਸੁੰਡੀ ਦਾ ਕਰਤੀਆਂ ਹੋਣਗੀਆਂ ਤਾਂ ਤੁਹਾਡਾ ਮਸਲਾ ਹੱਲ ਹੋ ਗਿਆ ਹੋਣਾ ਇਹ ਬਾਕੀ ਜੋ ਰਹੀ ਗੱਲ ਖਾਲੀ ਮੁੰਜਰ ਦੀ ਜੋ ਬਾਹਰ ਆਈ ਆ ਕਿਸਾਨ ਵੀਰੋ ਜੋ ਗੋਵਿਕ ਕਵਾਰ ਕੱਟੀ ਗਈ ਉਹ ਤਾਂ ਕੱਟੀ ਗਈ ਉਹਦਾ ਜਦੋਂ ਕਨੈਕਸ਼ਨ ਕੱਟਿਆ ਗਿਆ ਬੂਟੇ ਦੇ ਨਾਲੋਂ ਤਾਂ ਉਹਨੇ ਸੁੱਕਣਾ ਹੀ ਸੁੱਕਣਾ ਉਹਦਾ ਕੋਈ ਇਲਾਜ ਨਹੀਂ ਤੇ ਦੂਸਰੀ ਕਿਸਾਨ ਵੀਰੋ ਕੀ ਸਮੱਸਿਆ ਆ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਤੁਹਾਨੂੰ ਉੱਪਰ ਅਮੇਜ਼ ਦਿਖ ਰਹੀ ਆ ਫੋਟੋ ਦਿਖ ਰਹੀ ਆ ਜੇਕਰ ਤੁਹਾਨੂੰ ਐਦਾਂ ਦੀ ਸਮੱਸਿਆ ਲੱਗੇ ਤੁਸੀਂ ਗੋਬ ਬਾਹਰ ਖਿੱਚ ਕੇ ਦੇਖਣੀ ਜਿੱਥੇ ਤੁਹਾਨੂੰ ਦਾਗ ਹੀ ਦਾਣੇ ਲੱਗਣ ਵੀ ਮੁੰਜਰ ਬਾਹਰ ਆਉਂਦੀ ਹੀ ਦਾਗੀ ਆ ਤਾਂ ਤੁਸੀਂ ਗੋਬ ਖਿੱਚ ਕੇ ਦੇਖਣਾ ਜੇਕਰ ਗੋਬ ਨੀਚੋਂ ਤੁਹਾਨੂੰ ਇਹ ਸਮੱਸਿਆ ਲੱਗੇ ਇਦਾਂ ਦੇ ਦਾਗ ਲੱਗਣ ਤਾਂ ਇਹਨੂੰ ਆਪਾਂ ਬੈਕਟੀਰੀਅਲ ਪੈਨਿਕਲ ਬਲਾਈਟ ਕਹਿੰਦੇ ਆਂਗੇ ਤੇ ਕਿਸਾਨ ਵੀਰੋਂ ਆਪਾਂ ਨੂੰ ਝੋਨੇ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਤੇ ਇਹ ਬਹੁਤ ਜ਼ਿਆਦਾ ਨੁਕਸਾਨ ਕਰ ਦਿੰਦੀ ਆਪਣੇ ਝੋਨੇ ਦਾ ਤੇ ਉਸ ਦੀ ਕੁਆਲਿਟੀ ਦਾ ਇਸ ਲਈ ਵਾਰੀ ਪੂਸਾ 44 ਦੇ ਵਿੱਚ ਆਈ ਸੀ ਕਿਤੇ ਕਿਤੇ ਦੇਖਣ ਨੂੰ ਮਿਲੀ ਸੀ ਤੇ ਕਿਸਾਨ ਵੀਰੋ ਜਿਹੜੀ ਇਹ ਸਮੱਸਿਆ ਇਹ ਪੰਜਾਬ ਦੇ ਵਿੱਚ ਇੰਨੀ ਜ਼ਿਆਦਾ ਨਹੀਂ ਆਉਂਦੀ ਹੋ ਸਕਦਾ ਕਦੇ-ਕਦੇ ਦਾ ਕੋਈ ਇੱਕ ਦੁੱਕਾ ਅਟੈਕ ਆ ਜਾਵੇ ਉੰਜੇ ਇੰਦੀ ਸਮੱਸਿਆ ਨਹੀਂ ਆਉਂਦੀ ਹੁੰਦੀ ਤੇ ਇਹਦਾ ਕਿਸਾਨ ਵੀਰੋ ਜੋ ਹੱਲ ਹੈ ਬੈਕਟੀਰੀਅਲ ਜੋ ਆਪਣੇ ਬੈਕਟੀਰੀ ਸਾਈਡ ਨੇ ਜੋ ਆਪਣੇ ਕੋਲ ਉਹਨਾਂ ਦੇ ਵਿੱਚੋਂ ਆਪਾਂ ਸਭ ਤੋਂ ਪਹਿਲਾਂ ਤਰਜੀਹ ਸਟ੍ਰੈਪਟੋਸਾਈਕਲਿਨ ਨੂੰ ਦਿੰਨੇ ਆ ਜੇਕਰ ਤੁਹਾਨੂੰ ਇਦਾਂ ਦਾ ਕੋਈ ਦਿੱਕਤ ਲੱਗੇ ਖੇਤ ਦੇ ਵਿੱਚ ਤਾਂ ਤੁਸੀਂ ਸਟ੍ਰੈਪਟੋਸਾਈਕਲਿਨ ਟੈਗਾਮਾਈਸਿਨ ਇਹ ਮਤਲਬ ਕਿ 20 ਗ੍ਰਾਮ ਪਰ ਏਕੜ ਇਹਨੂੰ ਡੋਜ਼ ਨੂੰ ਤੁਸੀਂ ਵਰਤ ਸਕਦੇ ਹੋ ਇਹਦੇ ਨਾਲ ਤੁਹਾਡਾ ਮਸਲਾ ਹੱਲ ਹੋ ਜਾਊਗਾ ਜੇ ਇਹ ਦੌਗੀਆਂ ਦੇ ਵਿੱਚ ਆਉਂਦੀ ਆ ਦੌਗੀਆਂ ਦੇ ਵਿੱਚ ਤੁਸੀਂ ਸਪਰੇਅ ਕਰਦੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਨਾਲ ਤੁਸੀਂ ਇਹਦੇ ਸੰਗੀ ਸਾਈਡ ਵੀ ਕਰ ਸਕਦੇ ਹੋ ਜੇ ਸੰਗੀ ਸਾਈਡ ਕਰੋਗੇ ਤਾਂ ਤੁਹਾਡੀ ਹੋਰ ਵੀ ਸਮੱਸਿਆ ਦਾ ਹੱਲ ਫੰਗੀ ਸੈਡ ਕਰ ਦੂਗਾ ਤੇ ਜਿਹੜੇ ਕਿਸਾਨ ਵੀਰੋ ਆਪਾਂ ਕਹਿ ਦਿੰਨੇ ਆ ਵੀ ਨੀਚੋਂ ਆਪਾਂ ਖਿੱਚਦੇ ਬਿਲਕੁਲ ਸਾਫ਼ ਹੈ ਜੋ ਤਣੇ ਉੱਪਰੋਂ ਮੁੰਜਰ ਦੇ ਕੱਲੇ ਦਾਣੇ ਦਾਗੀ ਨੇ ਉਹ ਕਿਸਾਨ ਵੀਰੋ ਸਮੱਸਿਆ ਪਤਾ ਕੀ ਆਉਂਦੀ ਹੈ ਜਦੋਂ ਆਪਣਾ ਝੋਨਾ ਨਿਸਾਰਾ ਲੈ ਰਿਹਾ ਹੁੰਦਾ 5-7% ਤੇ ਬਾਕੀ ਤੋਂ ਨਾਜੇ ਨੇ ਸਾਰਾ ਲੈ ਰਿਆ ਹੁੰਦਾ 5-7 ਲੈ ਗਿਆ ਹੁੰਦਾ ਤਾਂ ਜਦੋਂ ਬਾਹਰ ਝੋਨੇ ਦੇ ਮੁੰਜਰ ਨਿਕਲਦੀ ਆ ਉੱਤੋਂ ਵਾਰਿਸ਼ ਪੈ ਜਾਂਦੀ ਤਾਂ ਉਹ ਜਿੰਨਾ ਮੂੰਹ ਉੱਤੋਂ ਖੁੱਲਾ ਹੁੰਦਾ ਗੋਬ ਦਾ ਆਪਣੀ ਦਾ ਜੋ ਆਪਣੇ ਮਤਲਬ ਕਿ ਤਣਾ ਆਲੇ-ਦਾਲੇ ਲਿਪਟਿਆ ਹੁੰਦਾ ਮੁੰਜਰ ਦੇ ਆਪਾਂ ਸਰਲ ਪਾਸੇ ਦੇ ਵਿੱਚ ਤੁਹਾਨੂੰ ਸਮਝਾਉਣਾ ਜੇਕਰ ਉਹਦੇ ਵਿੱਚ ਆਪਣਾ ਪਾਣੀ ਪਾ ਕੇ ਪਾਣੀ ਖੜਾ ਰਹਿੰਦਾ ਤਾਂ ਉਹ ਆਪਣੇ ਦਾਣੇ ਦਾਗ ਹੀ ਕਰੂ ਹੀ ਕਰੂ ਜਦੋਂ ਮੁੰਜਰ ਬਾਹਰ ਆਉਂਦੀ ਆ ਇਸੇ ਕਰਕੇ ਜਿਹੜੀ ਮੁੰਜਰ ਬਾਹਰ ਹੁੰਦੀ ਆ ਸਾਫ਼ ਰਹਿ ਜਾਂਦੀ ਐ ਨੀਚਰਲੀ ਦਾ ਕੀ ਹੋ ਜਾਂਦੀ ਆ ਤੇ ਕਿਸਾਨ ਵੀਰੋ ਜੇਕਰ ਤੁਹਾਡੇ ਬੱਟਾਂ ਦੇ ਆਲੇ-ਦਾਲੇ ਕੁਝ ਕਿਤੇ-ਕਿਤੇ ਕੋਈ ਕੋਈ ਦਾਣੇ ਦਾਗੀ ਨੇ ਤਾਂ ਉਹ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਬਾਹਰੋਂ ਹਵਾ ਦਾ ਪ੍ਰੈਸ਼ਰ ਯਾਦਾ ਹੁੰਦਾ ਇੱਕ ਦੂਜੇ ਨਾਲ ਲੱਗ ਕੇ ਦਾਣੇ ਦਾਗੀ ਹੋ ਜਾਂਦੇ ਨੇ ਤੇ ਜੇਕਰ ਤੁਹਾਨੂੰ ਇਹ ਜੀ ਸਮੱਸਿਆ ਆਉਂਦੀ ਹੈ ਕਿਸਾਨ ਵੀਰੋ ਇਹ ਤਾਂ ਮੀਂਹ ਦਾ ਅਸਰ ਹੈ ਇਹਦੇ ਨਾਲ ਵੀ ਨਹੀਂ ਕੋਈ ਆਪਾਂ ਮਤਲਬ ਇਹ ਹੱਲੇ ਦਾ ਕਰ ਸਕਦੇ ਤੇ ਹਾਂ ਜੇਕਰ ਤੁਹਾਨੂੰ ਐਦਾਂ ਲੱਗੇ ਵੀ ਤੁਹਾਡੇ ਦਾਣੇ ਬਾਹਰ ਨਿਕਲ ਕੇ ਦਾਗੀ ਹੋ ਰਹੇ ਨੇ ਆਪਾਂ ਉਹਨਾਂ ਨੂੰ ਰੋਕਣਾ ਉਹਦੇ ਵਾਸਤੇ ਕਿਸਾਨ ਵਿਰੋ ਤੁਸੀਂ ਝੋਲ ਗਰੁੱਪ ਕੋਈ ਵੀ ਕਰ ਸਕਦੇ ਹੋ ਲਿਆ ਕੇ ਫੰਗੀਸਾਈਡ ਟਾਈਬੂਕੋਨਾ ਝੋਲ ਕਰਦੋ ਜਾਂ ਆਕਸੀਸਟ੍ਰੋਬਿਨ ਪਲਸ ਟਾਈਬੂਕੋਨਾ ਝੋਲ ਕਰਦੋ ਜੇ ਬਾਈ ਨੇਮ ਕਹ ਰਹੇ ਹੋ ਤਾਂ ਤੁਸੀਂ ਕਸਟੂਡੀਆ ਕਰਦੋ ਲਿਆ ਕੇ ਨਟੀਵੋ ਕਰ ਸਕਦੇ ਹੋ ਐਮੀ ਸਟਾਰ ਕਰ ਸਕਦੇ ਹੋ ਤੇ ਇਹਦੇ ਨਾਲ ਕਿਸਾਨ ਵਿਰੋ ਤੁਹਾਡੇ ਜਿਹੜੇ ਦਾਣੇ ਦਾਗ ਹੀ ਨੇ ਜਿਹੜੇ ਹੋ ਗਏ ਉਹ ਰਹਿ ਜਾਣਗੇ ਤੇ ਜਿਹੜੇ ਦਾਣੇ ਮਤਲਬ ਕਿ ਹੋਂਣ ਵਾਲੇ ਨੂੰ ਬਚ ਜਾਣਗੇ ਵਧੀਆ ਰੰਗ ਰੂਪ ਬਣ ਜੂ ਫਸਲ ਦਾ ਕਿਉਂਕਿ ਹੁਣ ਲਾਸਟ ਸਪਰੇਅ ਕੀ ਕਿਸਾਨ ਵੀਰਾਂ ਨੇ ਕਰਨੀ ਹੋਊਗੀ ਤਾਂ ਉਹਦੇ ਵਿੱਚ ਤੁਸੀਂ ਫੰਗੀ ਸਾਈਡ ਪਾ ਸਕਦੇ ਹੋ ਜੇਕਰ ਤੁਹਾਨੂੰ ਬਲਾਈਟ ਦੀ ਸਮੱਸਿਆ ਲੱਗਦੀ ਆ ਪੈਨਿਕਲ ਬਲਾਈਟ ਦੀ ਤਾਂ ਤੁਸੀਂ ਸਟ੍ਰੈਪਟੋਸਾਈਕਲ ਇਹਨਾਂ ਨਾਲ ਤਿੰਨ ਪੁੜੀਆਂ ਪਾ ਸਕਦੇ ਹੋ ਦੇ ਇੱਕ ਕੀਲੇ ਦੇ ਵਿੱਚ 6 ਗ੍ਰਾਮ ਪੁੜੀ ਦਾ ਕਈ ਵਾਰ ਵੇਟ ਹੁੰਦਾ ਉਹਦਾ ਤੇ 6 ਗ੍ਰਾਮ ਦੇ ਤੁਸੀਂ ਤਿੰਨ ਪੁੜੀਆਂ ਪਾ ਕੇ ਫੰਗੀ ਸਾਈਡ ਦੇ ਅਲੱਗ ਤੋਂ ਘੋਲ ਬਣਾ ਲੈਣਾ ਇਹਦਾ ਸਟ੍ਰੈਪਟੋਸਾਈਕਲ ਇਹਨਾਂ ਨਾਲ ਮਿਕਸ ਕਰਕੇ ਕਰ ਦਿਓ ਤੁਹਾਡੀ ਬਲਾਈਟ ਦੀ ਵੀ ਸਮੱਸਿਆ ਹੱਲ ਹੋ ਜੂ ਤੇ ਤੁਹਾਡਾ ਫੰਗੀ ਸਾਈਡ ਦੀ ਵੀ ਸਮੱਸਿਆ ਹੱਲ ਹੋ ਜੂ ਜੋ ਦਾਗੀ ਦਾਣੇ ਨੇ ਤੇ ਬਾਕੀ ਤੁਹਾਡੇ ਜੋ ਮਨ ਲਗੇ ਕੋਈ ਵੀ ਹੋਰ ਸਮੱਸਿਆ ਆ ਗਈ ਵਾ ਮਨ ਲਗੇ ਫੰਗਸ ਦੀ ਸੀਥ ਵਲੈਟ ਵਗੈਰੇ ਦੀ ਉਹ ਵੀ ਹੱਲ ਹੋ ਜੂਗੀ ਤੇ ਜਿਹੜੀ ਕਿਸਾਨ ਵੀਰੋ ਸੁੰਡੀ ਦੀ ਸਮੱਸਿਆ ਜੇਕਰ ਤੁਹਾਨੂੰ ਲੱਗੇ ਵੀ ਸੁੰਡੀ ਹੁਣ ਪੈ ਰਹੀ ਆ ਖੇਤ ਦੇ ਵਿੱਚ ਵੀ ਆਪਣੇ ਖੇਤ ਦੇ ਵਿੱਚ ਹੁਣ ਅਟੈਕ ਆ ਤਾਂ ਤੁਸੀਂ ਸਪਰੇਅ ਕਰੋ ਜੇਕਰ ਤੁਸੀਂ ਸਪਰੇਅ ਕਰ ਚੁੱਕੇ ਹੋਗੇ ਇੱਕ ਦੋ ਦਿਨ ਹੋਏ ਨੇ ਫੇਰ ਤੁਸੀਂ ਸਪਰੇਅ ਕਰ ਦਿੱਤੀ ਜਿਹੜੀ ਸੰਡੀ ਕੋਈ ਹੂ ਉਹ ਮਰ ਜੂ ਪਰ ਜਿਹੜੀ ਗੋਵ ਇੱਕ ਵਾਰ ਕੱਟੀ ਗਈ ਉਹਦਾ ਕੋਈ ਇਲਾਜ ਨਹੀਂ ਹੈਗਾ ਤੇ ਬਾਕੀ ਕਿਸਾਨ ਵੀਰੋ ਜਿਹੜਾ ਆਪਣੇ ਹੁਣ ਮੌਸਮ ਦਾ ਫੇਰ ਬਦਲ ਹੈ ਇਹਦੇ ਅੱਗੇ ਆਪਾਂ ਨਹੀਂ ਅੜ ਸਕਦੇ ਕਿਉਂਕਿ ਜੋ ਮੌਸਮ ਨੇ ਆਪਾਂ ਨੂੰ ਦੇਣਾ ਪ੍ਰਮਾਤਮਾ ਨੇ ਆਪਾਂ ਨੂੰ ਦੇਣਾ ਆਪਾਂ ਉਹੀ ਲੈਣਾ ਜੇਕਰ ਆਪਣੀ ਆਪਣੀ ਇੱਕ ਹੁੰਦੀ ਹੈ ਕੋਸ਼ਿਸ਼ ਕਰਨ ਦੀ ਜੋ ਆਪਣਾ ਪਹਿਲੂ ਆਪਾਂ ਕੋਸ਼ਿਸ਼ ਕਰਨੀ ਆ ਮਿਹਨਤ ਕਰਨੀ ਆ ਪਰ ਪ੍ਰਮਾਤਮਾ ਨੇ ਉਹਨੂੰ ਫਲ ਲਾਉਣਾ ਤੇ ਇਹਦੇ ਨਾਲ ਨੁਕਸਾਨ ਕਿਸਾਨ ਵੀਰ ਨੂੰ ਇਦਾਂ ਜਿਹੜੀ ਤਾਂ ਗੋਭ ਦੀ ਸੰਡਰੀ ਆ ਉਹਦੇ ਨਾਲ ਤਾਂ ਪੂਰੀ ਆਪਣੀ ਮੁੰਜਰ ਖਰਾਬ ਹੋ ਜਾਂਦੀ ਹੈ ਪੈਨਿਕਲ ਵਲਾਈਟ ਨਾਲ ਆਪਣੀ ਮਤਲਬ ਕਿ ਮੁੰਜਰ ਦੇ ਦਾਣੇ ਬਿਲਕੁਲ ਦਾਗੀ ਹੁੰਦੇ ਨੇ ਕੁਆਲਿਟੀ ਬਹੁਤ ਜ਼ਿਆਦਾ ਖਰਾਬ ਹੁੰਦੀ ਆ ਫਸਲ ਦੀ ਨੁਕਸਾਨ ਦੀ ਗੱਲ ਕਰ ਰਹੇ ਆ ਕਿਸਾਨ ਵੀਰ ਆਪਾਂ ਇਹ ਤੇ ਜੋ ਅੱਗੇ ਆ ਜਾਂਦੀ ਹੈਗੀ ਆਪਣੇ ਆਹ ਮੀਂਹ ਦੇ ਨਾਲ ਜਿਹੜੀ ਮੁੰਜਰ ਆਪਣੀ ਬਾਹਰ ਨਿਕਲ ਕੇ ਦਾਗੀ ਹੁੰਦੀ ਆ ਅੱਧੀ ਮ ਦਾਗੀ ਅੱਧੀ ਉਹਦੇ ਨਾਲ ਕਿਸਾਨ ਵੀਰ ਨੂੰ ਜਿਹੜੇ ਦਾਣੇ ਤਾਂ ਬਾਹਰ ਆ ਜਾਣਗੇ ਜੇਕਰ ਉਹਨਾਂ ਨੂੰ ਪ੍ਰੋਪਰ ਬੂਰ ਪੈ ਰਿਹਾਗਾ ਉਹ ਦਾਣੇ ਭਰ ਜਾਣਗੇ ਪਰ ਜਿਹੜੇ ਦਾਣੇ ਕਾਲੇ ਹੋ ਗਏ ਇੱਕ ਵਾਰ ਉਹ ਨਹੀਂ ਭਰਦੇ ਹੈਗੇ ਉਹ ਫੋਕ ਬਣੂਗੀ ਉਹਦੀ ਪੱਕਾ ਜਿਹੜੀ ਕਿਸਾਨ ਵੀਰੋ ਆ ਜਾਂਦੀਆਂ ਗੱਲ ਬਾਹਰ ਨਿਕਲ ਕੇ ਦਾਗੀ ਦਾਣੇ ਹੋਣ ਦੀ ਵੀ ਮੁੰਜਰ ਬੂਰ ਪੈਣ ਸਮੇ ਉਹੋ ਕਿਸਾਨ ਵੀਰੋ ਜੇਕਰ ਤੁਹਾਡੇ ਉਹ ਦਾਣਿਆਂ ਦੇ ਵਿੱਚ ਵੀ ਮਤਲਬ ਕਿ ਭਰ ਰਹੇ ਨੇ ਦਾਣੇ ਤੋਂ ਉਦਦਾ ਬਣ ਰਿਹਾ ਫਿਰ ਉਹਦਾ ਆਪਣ ਨੂੰ ਕੋਈ ਨੁਕਸਾਨ ਨਹੀਂ ਹੈਗਾ ਵੱਧੋ ਵੱਧ ਆਪਣੀ ਕੁਆਲਿਟੀ ਥੋੜੀ ਜੀ ਦਿੱਕਤ ਆਊਗੀ ਕੁਆਲਿਟੀ ਦੇ ਵਿੱਚ ਪਰ ਕੋਈ ਗੱਲ ਨਹੀਂ ਪਰ ਉੱਚਾ ੜ ਨਹੀਂ ਘਟਾਉਂਦੀ ਜੇਕਰ ਉਹ ਦਾਣੇ ਆਪਣੇ ਖਾਲੀ ਰਹਿਣਗੇ ਦਾਗੀ ਹੋਣਗੇ ਤਾਂ ਉਹ ਫੋਕ ਹੀ ਹੋਊਗੀ ਤੇ ਉਹਨੇ ਆਪਣਾ ਝਾੜ ਘਟਾਉਣੇ ਘਟਾਉਣਾ ਤੇ ਕਿਸਾਨ ਵੀਰੋ ਜੋ ਬਾਸਮਤੀ ਕਿਸਮਾਂ ਨੇ ਪੈਨਿਕਲ ਬ্লাইਟ ਉਹਨਾਂ ਦੇ ਵਿੱਚ ਖਾਸ ਕਰਕੇ ਕਈ ਵਾਰ ਆ ਜਾਂਦੀ ਹੈ neck blast ਆ ਜਾਂਦਾ ਹੈ ਤਾਂ ਇਹਦੇ ਵਾਸਤੇ ਕਿਸਾਨ ਵੀਰੋ ਤੁਸੀਂ ਨੇ ਜਦੋਂ ਹੁਣ ਆਪਾਂ ਨੇ ਲਾਸਟ ਸਪਰੇਅ ਕਰਨੀ ਆਗੀ ਚਾਹੇ ਤੁਸੀਂ ਇਸਾਰੇ ਤੋਂ ਪਹਿਲਾਂ ਜੋ ਸਪਰੇਅ ਕਰਨੀ ਆ ਉਹਦੇ ਵਿੱਚ ਤੁਸੀਂ ਸਟ੍ਰੈਪਟੋਸਾਈਕਲਿਨ ਦੇ ਤਿੰਨ ਪੁੜੀਆਂ ਪਲੱਸ ਐਮਈ ਸਟਾਰਟਾਪ ਦਾ ਸਾਲਟ ਦੋਨੇ ਚੀਜ਼ਾਂ ਕਰ ਦੋ ਤੁਹਾਡੇ ਝੋਨੇ ਦੀ ਜੋ ਵੀ ਦਿੱਕਤ ਆ ਗਈ ਜੋ ਵੀ ਕੋਈ ਬਿਮਾਰੀ ਨੂੰ ਆਉਣੀ ਹੈ ਹਰ ਹਾਲ ਹੋ ਜੀ ਤੇ ਕਿਸਾਨ ਵੀਰੋ ਬਾਸਮਤੀ ਦੇ ਵਿੱਚ ਆਪਾਂ ਖਾਸ ਕਰਕੇ ਇਹ ਵੀ ਖਿਆਲ ਰੱਖਣਾ ਵੀ ਉਹਨੂੰ ਗੋਭ ਕਾਟਰ ਸੁੰਢੀ ਨਾ ਪੈ ਜਾਵੇ ਕਿਉਂਕਿ ਬਾਸਮਤੀ ਦੇ ਵਿੱਚ ਸੁੱਕੇ ਸਿੱਟੇ ਦੀ ਸਮੱਸਿਆ ਗੋਭ ਕਾਟਰ ਕਰਕੇ ਬਹੁਤ ਆ ਜਾਂਦੀ ਹੈ ਕਿਉਂਕਿ ਇਹਦੀਆਂ ਸੰਖਾਂ ਪਹਿਲਾਂ ਹੀ ਘਟ ਹੁੰਦੀਆਂ ਨੇ ਤੇ ਆਪਾਂ ਨੂੰ ਝਾੜ ਦੇ ਵਿੱਚ ਬਹੁਤ ਗਰਾਵਟ ਆ ਜਾਂਦੀ ਹੈ ਬਾਂਸਪਤੀ ਦੀਆਂ ਕਿਸਮਾਂ ਵੀ ਕਿਸਾਨ ਵੀ ਤੁਹਾਨੂੰ ਦੱਸ ਦਿੰਨੇ ਆਪਾਂ ਜਿੱਦਾਂ 11 ਇੱਕੀ ਲੌਂਗ ਟਰਮ ਜਿਹੜੀਆਂ ਵੈਰਾਈਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਨੈਕ ਬਲਾਸਟ ਦੀ ਸੀ ਥ੍ਰੋਟ ਦੀ ਸਮੱਸਿਆ ਦੇਖਣ ਨੂੰ ਮਿਲ ਜਾਂਦੀ ਹੈ ਆ ਇਹ ਆਪਾਂ ਨੇ ਜੇਕਰ ਇਹਦਾ ਟਕਰਾ ਕਰਨਾ ਤੇ ਉਹਦੇ ਵਾਸਤੇ ਆਪਾਂ EMI 스타ਟ ਆਪ ਦਾ ਸਾਲਟ ਕਰਨਾਗਾ ਇੱਕ ਸਪਰੇਅ ਦੀ ਜਰੂਰ ਕਰੋ EMI 스타ਟ ਆਪ ਦੀ ਬਾਂਸਮਤੀ ਦੇ ਉੱਪਰ ਖਾਸ ਕਰਕੇ ਜੋ ਇਹਦੇ ਸਾਲਟ ਨੇ ਇਹ ਬਾਂਸਮਤੀ ਵਾਸਤੇ ਬਹੁਤ ਲਾਹੇਵੰਦ ਨੇ ਬਹੁਤ ਵਧੀਆ ਇਹਦੇ ਨਾਲ ਆਪਾਂ ਨੂੰ ਬਾਂਸਮਤੀ ਦੇ ਪ੍ਰਤੀ ਰਿਜ਼ਲਟ ਮਿਲਦਾ ਤੇ ਕਿਸਾਨ ਵੀਰੋ ਪ੍ਰਮਾਤਮਾ ਅੱਗੇ ਆਪਾਂ ਇਹ ਅਰਦਾਸ ਕਰਦੇ ਆਂ ਵੀ ਹੁਣ ਜੋ ਵੀ ਆਪਣੇ ਝੋਨੇ ਨੂੰ ਬੂਰ ਪੈ ਰਿਹਾ ਇਹ ਆਪਣੀ ਮਿਹਨਤ ਨੂੰ ਬੂਰ ਪੈ ਰਿਹਾ ਮਿਹਨਤ ਆਪਾਂ ਨੇ ਕੀਤੀ ਆ ਤੇ ਕਿਸਾਨ ਪ੍ਰਮਾਤਮਾ ਦਾ ਫਰਜ ਹੈ ਉਹਨੂੰ ਫਲ ਆਉਣਾ ਪ੍ਰਮਾਤਮਾ ਫਲ ਜ਼ਰੂਰ ਲਾਊਗਾ ਬਾਲਾ ਡਰਨ ਦੀ ਲੋੜ ਨਹੀਂ ਕਿਉਂਕਿ ਜੋ ਪ੍ਰਮਾਤਮਾ ਨੇ ਆਪਾਂ ਨੂੰ ਦੇਣਾ ਉਹੀ ਦੇਣਾ ਇੰਨੀ ਜਿਆਦਾ ਜੇਕਰ ਤੁਹਾਨੂੰ ਖੇਤ ਦੇ ਵਿੱਚ ਇਕਾ ਦੁੱਖਾ ਸਮੱਸਿਆ ਲੱਗਦੀ ਆ ਤਾਂ ਤੁਸੀਂ ਡੈੜੀਆਂ ਦੇ ਵਿੱਚ ਹੀ ਸਪਰੇਅ ਕਰੋ ਜੇਕਰ ਕੋਈ ਵੀ ਸਮੱਸਿਆ ਲੱਗਦੀ ਆ ਤੇ ਡੈੜੀਆਂ ਦੇ ਵਿੱਚ ਸਪਰੇਅ ਕਰ ਦਿਓ ਜੇਕਰ ਝੋਨਾ ਤੁਹਾਡਾ ਨਸਾਰਾ ਲੈ ਚੁੱਕਿਆ ਹੋਣਾ ਤੇ ਜਿਆਦਾ ਪਕਾ ਦੇ ਨੇੜੇ ਜਾ ਰਿਹਾ ਫਿਰ ਜਿਆਦਾ ਆਪਾਂ ਵਿੱਚ ਨਹੀਂ ਵੜਨਾ ਝੋਨੇ ਦੇ ਜਿੱਥੇ ਤੁਹਾਨੂੰ ਡੈੜੀਆਂ ਲੱਗਦੀਆਂ ਨੇ ਉੱਥੇ ਸਪਰੇਅ ਕਰੋ ਤੇ ਇਹੀ ਜਾਣਕਾਰੀ ਕਿਸਾਨ ਵੀਰੋ ਆਪਾਂ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਸੀਗੀ ਤੇ ਜਿਹੜੇ ਕਿਸਾਨ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਉਹ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਸਾਨ ਵੀਰੋ ਤਾਂ ਜੋ ਹਰੇਕ ਦਾ ਭਲਾ ਹੋ ਸਕੇ ਹਰੇਕ ਨੂੰ ਜਿਸ ਨੂੰ ਵੀ ਕੋਈ ਬਿਮਾਰੀ ਬਾਰੇ ਨਹੀਂ ਪਤਾ ਉਹਨੂੰ ਪਤਾ ਲੱਗ ਸਕੇ ਤੁਹਾਡਾ ਹੱਲ ਕਰ ਸਕੇ ਆਪਾਂ ਇਸੇ ਤਰ੍ਹਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਆਪਣੇ ਚੈਨਲ ਦਾ ਸਾਥ ਦੇਂਦੇ ਰਹੋ ਧੰਨਵਾਦ